ਮੈਂ ਨੂੰ ਕਹਿੰਦੀ ਯੂ ਆਰ ਸਿੱਧੂ ਮੂਸੇ ਵਾਲਾ ਮੈਂ ਕਿਹਾ ਯੈਸ ਕਹਿੰਦੀ ਮੈਨੂੰ ਤਾਂ ਕਿਸੇ ਨੇ ਕਿਹਾ ਸੀ ਵੀ ਉਹ ਲੈਜੈਂਡ ਹੈ ਓਲਡ ਹੋਣਾ ਬਹੁਤ ਮੈਂ ਕਿਹਾ ਜੀ ਇੱਥੇ ਸਾਡੇ ਨਿਆਣੀ ਲੈਜੈਂਡ ਹੁੰਦੇ ਆ ਕਹਿੰਦਾ ਜੀ ਹਰੇਕ 20 ਸਾਲ ਦਾ ਜਵਾਕ ਇੱਥੇ ਲੈਜੈਂਡ ਮੇਰਾ ਤਾਂ ਕਲਾਨਾ ਦਿਮਾਗ ਆ ਜਮੀ ਮੈਂ ਜੀ ਇਦਾਂ ਦਾ ਹੀ ਹਾਂ ਮੇਰਾ ਤਾਂ ਦਿਮਾਗ ਇਦਾਂ ਹੀ ਆ ਜਦੋਂ ਖਰਾਬ ਹੋ ਜਾਂਦਾ ਕਰੂੰਗਾ ਜੀ ਮੁੜ ਕੇ ਜਦੋਂ ਪਰਚਾ ਹੁੰਦਾ ਨਾ ਜੀ ਫਿਰ ਫਿਰ ਦੌੜਦੇ ਫਿਰਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਿੱਧੂ ਮੂਸੇਵਾਲਾ ਉਸਦੇ ਗੀਤ ਵੱਖਰੇ ਸਟਾਈਲ ਦੇ ਲਿਰਿਕਸ ਕਰਕੇ ਅੱਜ ਕੱਲ੍ਹ ਵੀ ਨਵੀਂ ਪੀੜ੍ਹੀ ਦੀ ਪਸੰਦ ਬਣਿਆ ਹੋਇਆ ਹੈ ਉੱਥੇ ਹੀ ਕਈ ਲੋਕ ਤਾਂ ਕਿ ਸਿੰਗਰ ਵੀ ਸਿੱਧੂ ਮੂਸੇਵਾਲੇ ਨੂੰ ਪਸੰਦ ਨਹੀਂ ਕਰਦੇ ਦਰਅਸਲ ਅਜਿਹਾ ਹੀ ਕੁਛ ਦੇਖਣ ਨੂੰ ਮਿਲਿਆ ਕੁਛ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਨੇ ਆਪਣੇ ਲਾਈਵ ਸਟੇਜ ਦੌਰਾਨ ਲੀਜੈਂਡ ਦੀ ਪਰਿਭਾਸ਼ਾ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਪ੍ਰੀਤਰਪਾਲ ਨੇ ਇਸਦਾ ਰਿਪਲਾਈ ਕਰਦਿਆਂ ਕਾਫ਼ੀ ਕੁਛ ਕਿਹਾ ਤੁਸੀਂ ਵੀ ਦੇਖੋ ਉਹ ਪੂਰੀ ਵੀਡੀਓ ਨਵੇਂ ਕਲਾਕਾਰਾਂ ਨੂੰ ਤਾਂ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਕੁਛ ਜਿਹੜੀ ਸ਼ਰਮ ਅਤੇ ਹਜ਼ਾ ਆ ਨਾ ਉਹਨਾਂ ਨੂੰ ਕਰਨੀ ਚਾਹੀਦੀ ਹੈ ਕਈ ਕਲਾਕਾਰ ਮੈਂ ਵੇਖਦਾ ਸਟੇਜਾਂ 'ਤੇ ਚੜ੍ਹ ਕੇ ਇੱਦਾਂ ਲਲਕਾਰੇ ਮਾਰਨਗੇ ਜਿਵੇਂ ਮਤਲਬ ਉਹ ਗਾਉਣ ਨਹੀਂ ਕਬਜ਼ਾ ਲੈਣ ਆਏ ਹੁੰਦੇ ਮੈਂ ਨਾ ਗੁਰਦਾਸ ਭਾਅ ਜੀ ਦੀ ਗੱਲ ਕਰਾਂਗਾ ਮੈਂ ਗੱਲ ਕਰਾਂਗਾ ਮਲਕੀਤ ਭਾਅ ਜੀ ਦੀ ਮੈਂ ਮਨਮੋਹਨ ਭਾਅ ਜੀ ਹੋਣਾਂ ਦੀ ਹਰਭਜਨ ਭਾਅ ਜੀ ਹੋਣਾਂ ਦੀ ਬੱਬੂ ਵੀਰ ਹੋਣਾਂ ਦੀ ਗੱਲ ਕਰਾਂਗਾ ਕਿ ਇੰਨੇ ਇੰਨੇ ਸਾਲ ਇਹਨਾਂ ਨੂੰ ਗਾਉਂਦਿਆਂ ਨੂੰ ਹੋ ਗਏ ਆ ਇਹ ਚੀਜ਼ਾਂ ਕਰਕੇ ਅੱਗੇ ਨਹੀਂ ਵਧੇ ਇਹ ਆਪਣੇ ਕੰਮ ਨਾਲ ਅੱਗੇ ਵਧੇ ਨੇ ਇਹਨਾਂ ਨੇ 30-30 ਸਾਲ ਇੰਡਸਟਰੀ ਨੂੰ ਦਿੱਤੇ ਆ ਸੋ ਇਹ ਇੰਡਸਟਰੀ ਜਿਹੜੀ ਆ ਕੰਮ ਬੋਲਦਾ ਇੱਥੇ ਤੁਸੀਂ ਕਿਸੇ ਵੀ ਕਲਾਕਾਰ ਦੇ ਬਾਰੇ ਸਟੇਜ 'ਤੇ ਚੜ੍ਹ ਕੇ ਕਿਉਂਕਿ ਤੁਹਾਡੀ ਆਡੀਅੰਸ ਸਾਹਮਣੇ ਖੜ੍ਹੀ ਹੁੰਦੀ ਆ ਉਸ ਟਾਈਮ ਅਤੇ ਤੁਸੀਂ ਕੁਛ ਵੀ ਬੋਲੋਗੇ ਉਹ ਅੱਗੋਂ ਚੀਕਾਂ ਮਾਰਨਗੇ ਤੁਸੀਂ ਕਿਸੇ ਵੀ ਕਲਾਕਾਰ ਨੂੰ ਲੈਟ ਡਾਊਨ ਕਰਦੇ ਹੋ ਸਟੇਜ 'ਤੇ ਚੜ੍ਹ ਕੇ ਸੋ ਇਹ ਬਹੁਤ ਬੁਰੀ ਚੀਜ਼ ਹੁੰਦੀ ਆ ਕਿਉਂਕਿ ਤੁਸੀਂ ਕਿਸੇ ਨੂੰ ਥੱਲੇ ਸਿੱਟ ਕੇ ਆਪ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹੈ ਨਾ ਸੋ ਫਿਰ ਦੂਸਰੀ ਗੱਲ ਇਹ ਹੈ ਕਿ ਮੈਂ ਹੁਣ ਕਈ ਵਾਰੀ ਕਈ ਕਲਾਕਾਰ ਦੇਖਦਾ ਮੈਂ ਜੀ ਇੱਦਾਂ ਦਾ ਹੀ ਹਾਂ ਮੇਰਾ ਤਾਂ ਦਿਮਾਗ ਇੱਦਾਂ ਹੀ ਹੈ ਜਦੋਂ ਖਰਾਬ ਹੋ ਜਾਂਦਾ ਮਤਲਬ ਉਹਨੇ ਸਟੇਜ 'ਤੇ ਐਵੇਂ ਫੜਾ ਮਾਰੀ ਜਾਣਗੇ ਜਾ ਕੇ ਕਿ ਵੀ ਮੈਂ ਤਾਂ ਚੱਕ ਦੂੰਗਾ ਜੀ ਮੁੜ ਕੇ ਜਦੋਂ ਪਰਚਾ ਹੁੰਦਾ ਨਾ ਜੀ ਫਿਰ ਦੌੜਦੇ ਫਿਰਦੇ ਆ ਵੀ ਕਿਤੇ ਕਿਸੇ ਨਾ ਕਿਸੇ ਤਰੀਕੇ ਬੇਲ ਹੋ ਜਾਵੇ ਹੈ ਨਾ ਬਚਾਅ ਹੋ ਜਾਵੇ ਸੋ ਇਹਨੂੰ ਗਿੱਦੜ ਭੱਬਕੀਆਂ ਜੀ ਨੇ ਐਵੇਂ ਸਟੇਜ 'ਤੇ ਚੜ੍ਹ ਕੇ ਮਾਰੀ ਜਾਣਗੇ ਫਿਰ ਅੱਛਾ ਫਿਰ ਕਹਿੰਦੇ ਜੀ ਲੋਕ ਕਿਉਂ ਨਾ ਗਾਣਾ ਕੱਢਣ ਤੁਹਾਨੂੰ ਜਦੋਂ ਤੁਹਾਡੇ ਲੱਛਣ ਹੀ ਇੱਦਾਂ ਦੇ ਆ ਹੈ ਨਾ ਸੋ ਚੰਗੇ ਆਰਟਿਸਟ ਵੀ ਹੈਗੇ ਨੇ ਨਵੇਂ ਕਈ ਮੁੰਡਿਆਂ ਨੇ ਬਹੁਤ ਵਧੀਆ ਕੰਮ ਕੀਤਾ ਆ ਅਤੇ ਕਈ ਜਿਹੜੇ ਇੱਦਾਂ ਦੇ ਨੇ ਉਹਨਾਂ ਨੂੰ ਐਂ ਲੱਗਦਾ ਕਿ ਯਾਰ ਮੈਂ ਕੁਛ ਕਹੂੰਗਾ ਅਤੇ ਉਹ ਇੱਕ ਖਬਰ ਬਣ ਜਾਏਗੀ ਉਹਨਾਂ ਨੂੰ ਆਪਣੇ ਕੰਮ 'ਤੇ ਭਰੋਸਾ ਨਹੀਂ ਆ ਹਾਲਾਂਕਿ ਮੈਂ ਕਈ ਨਾਮ ਨਹੀਂ ਲੈਣੇ ਮੈਂ ਕਈ ਆਰਟਿਸਟ ਹੁਣ ਰੀਸੈਂਟ ਦੇਖਦਾ ਬਹੁਤ ਵਧੀਆ ਲਿਖਦੇ ਨੇ ਪਰ ਉਹ ਗਲਤ ਲਿਖ ਰਹੇ ਆ ਮਤਲਬ ਲਿਖਦੇ ਸੋਹਣਾ ਆ ਉਹ ਜੇ ਥੋੜ੍ਹਾ ਪੋਜ਼ੀਟਿਵ ਕਰਕੇ ਲਿਖਣ ਤਾਂ ਸ਼ਾਇਦ ਸਮਾਜ ਨੂੰ ਕਿਤੇ ਨਾ ਕਿਤੇ ਕੁਛ ਨਾ ਕੁਛ ਮਿਲ ਜਾਵੇ ਉਹ ਲਿਖੀ ਗਲਤ ਰਹੇ ਨੇ ਮੈਂ ਚੱਕ ਲਓ ਧਰ ਲਓ ਮਾਰ ਦਿਓ ਦੇਖੋ ਜੀ ਅਣਖ ਤੁਹਾਡੇ 'ਚ ਮਤਲਬ ਹਰੇਕ ਮੈਂ ਆਰਟਿਸਟ ਸੀਗਾ ਉਹ ਕਹਿੰਦਾ ਜੀ ਹਰੇਕ 20 ਸਾਲ ਦਾ ਜਵਾਕ ਇੱਥੇ ਲੈਜੈਂਡ ਹੈ ਜੀ ਤੁਸੀਂ ਮੈਨੂੰ ਲੈਜੈਂਡ ਕਹਿੰਦੇ ਹੋ ਠੀਕ ਹੈ ਕਿੱਦਾਂ ਲੈਜੈਂਡ ਹੈ 20 ਸਾਲ ਦਾ ਜਵਾਕ ਲੈਜੈਂਡ ਉਹ ਹੁੰਦਾ ਜਿਹਨੇ ਜ਼ਿੰਦਗੀ ਦੇ ਵਿੱਚ ਕੋਈ ਪ੍ਰਾਪਤੀ ਕੀਤੀ ਹੈ ਕਿ ਲੈਜੈਂਡ ਭਗਤ ਸਿੰਘ ਵਰਗੇ ਸੀਗੇ ਭਾਵੇਂ 23 ਸਾਲ ਦੇ ਉਮਰ ਸੀਗੀ ਉਹ ਸੀ ਲੈਜੈਂਡ ਜਿਹੜਾ ਦਾਰੂ ਪੀ ਰਿਹਾ ਦਾਰੂ ਪੀ ਕੇ ਘਰਦੇ ਨੂੰ ਗਾਲਾਂ ਕੱਢਦਾ ਉਹਨੂੰ ਤੁਸੀਂ ਕਿਵੇਂ ਲੈਜੈਂਡ ਕਹਿ ਸਕਦੇ ਹੋ ਸੋ ਤੁਸੀਂ ਪ੍ਰਵੋਕ ਨਾ ਕਰੋ ਮਤਲਬ ਆਡੀਅੰਸ ਨੂੰ ਪ੍ਰਵੋਕ ਨਾ ਕਰੋ ਮਤਲਬ ਮੇਰੀ ਇਹ ਰਿਕੁਐਸਟ ਆ ਕਿ ਆਡੀਅੰਸ ਜਿਹੜੀ ਆ ਉਹ ਬੜੀ ਡੀਸੈਂਟ ਅਤੇ ਬੜੀ ਇਮੋਸ਼ਨਲ ਹੁੰਦੀ ਆ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋ ਜੇ ਤੁਹਾਨੂੰ ਸੁਣ ਰਹੇ ਆ ਉਹ ਲੋਕ ਅਤੇ ਉਸ ਟਾਈਮ ਤੁਹਾਡੀ ਗੱਲ ਆ ਕੱਲੀ ਕੱਲੀ ਗੱਲ 'ਤੇ ਗੌਰ ਕਰਦੇ ਗਾਣਿਆਂ 'ਤੇ ਗੌਰ ਘੱਟ ਕਰਦੇ ਤੁਹਾਡੀਆਂ ਗੱਲਾਂ 'ਤੇ ਜ਼ਿਆਦਾ ਕਰਦੇ ਆ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਪ੍ਰੀਤ ਹਰਪਾਲ ਅਤੇ ਸਿੱਧੂ ਮੂਸੇਵਾਲੇ ਵਿੱਚੋਂ ਕੌਣ ਸਹੀ ਲੱਗਦਾ ਹੈ ਅਤੇ ਤੁਸੀਂ ਕਿਸ ਦੇ ਫੈਨ ਹੋ ਇਸ ਦੇ ਨਾਲ ਇਸੇ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ